ਸਾਡੇ ਕੁਲਚੇ 'ਚ ਇਹ ਖਾਸੀਅਤ ਹੈ ਕਿ ਤੇ ਜਿਹੜੇ ਵੀ ਗਾਹਕ ਆਉਂਦੇ ਕਿ ਉਹਨਾਂ ਨੂੰ ਆਪਣਾ ਬਚਪਨ ਚੇਤਾ ਆ ਜਾਂਦਾ ਤੇ ਸਾਨੂੰ ਆਪਣੇ ਮਾਂ ਨੂੰ ਚੇਤਾ। ਓਕੇ, ਜਿਹੜਾ ਵੀ ਗਾਹਕ ਆਉਂਦਾ ਹੈ ਉਹ ਕਹਿੰਦਾ ਯਾਰ ਸਾਨੂੰ ਆਪਣਾ ਬਚਪਨ ਚੇਤਾ ਕਿ ਸਾਡੇ ਦਾਦਾ ਜੀ ਸਾਨੂੰ ਲੈ ਕੇ ਗਏ। ਜਦੋਂ ਉਹ ਆਉਂਦੇ ਨੇ ਤੇ ਸਾਨੂੰ ਵੀ ਮਹਿਸੂਸ ਹੁੰਦਾ ਕਿ ਸਾਡੇ ਵੀ ਵੱਡੇ ਹਲੇ ਵੀ ਸਾਡੇ 'ਚ ਮਹਿਸੂਸ ਹੁੰਦੇ ਨੇ। ਹਾਂਜੀ, ਕੰਮ ਕਰਨ ਦਾ ਮਜ਼ਾ ਆਉਂਦਾ। ਹਾਂਜੀ, ਇੱਕ ਜਾ ਚੜ੍ਹਦਾ ਤੇ ਇੱਕ ਪਿਆਰ ਕਰਨਾ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਲੈ ਕੇ ਆਏ ਹਾਂ। ਇੱਕ ਐਸੀ ਦੁਕਾਨ 'ਤੇ ਲੈ ਕੇ ਆਏ ਹਾਂ ਜਿਨ੍ਹਾਂ ਦੀ ਕੁਲਚਿਆਂ ਦੀ ਦੁਕਾਨ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪੁਰਾਣੀ ਆ, ਘੱਟ ਤੋਂ ਘੱਟ 90 ਜਾਂ 100 ਸਾਲ ਹੋ ਚੱਲੇ ਆ। ਜਿਵੇਂ ਕਿ ਤੁਹਾਨੂੰ ਪਤਾ ਹੀ, ਅੰਮ੍ਰਿਤਸਰ ਦੇ ਕੁਲਚੇ ਬਹੁਤ ਜ਼ਿਆਦਾ ਮਸ਼ਹੂਰ ਆ। ਅੱਜ ਲੈ ਕੇ ਆਏ ਹਾਂ ਗਿਆਨ ਜੀ ਕੁਲਚਾ ਕੋਰਨਰ। ਇਹਨਾਂ ਦਾ ਕੰਮ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪੁਰਾਣਾ, ਕਹਿੰਦੇ ਕੰਮ ਅੰਮ੍ਰਿਤਸਰ ਦੇ ਵਿੱਚ ਕੁਲਚਿਆਂ ਦਾ ਇਹਨਾਂ ਦਾ ਹੀ ਆ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਅਸੀਂ ਸੁਣਿਆ ਵੀ ਅੰਮ੍ਰਿਤਸਰ ਦਾ ਕੁਲਚਿਆਂ ਦਾ ਕੰਮ ਤੁਸੀਂ ਸਟਾਰਟ ਕੀਤਾ ਸੀ ਬਹੁਤ ਸਾਲ ਪਹਿਲਾਂ। ਹਾਂਜੀ ਜੀ, ਸਾਡੇ ਸਰਦਾਦੇ ਦੀ ਸ਼ੌਕ ਹੈ। ਹਾਂਜੀ, ਇਹ ਉਹਨਾਂ ਦੀ ਦੁਕਾਨ ਹੈ ਜਿਹਦੇ ਸ਼ਹਿਰ 'ਚ ਚਾਰ ਦੁਕਾਨਾਂ ਹੁੰਦੀਆਂ। ਚਾਰ ਦੁਕਾਨਾਂ ਹੁੰਦੀਆਂ ਸਿਰਫ? ਇੱਕ ਦੁਕਾਨ ਹੁੰਦੀ ਹੈ ਜੀ, ਉਹਦੇ 'ਚ ਸਾਡੇ ਪਰਦਾਦਾ ਜੀ ਵੀ ਸ਼ਿਕਰ ਸਨ। ਹਾਂਜੀ, ਓਕੇ। ਉਸ ਤੋਂ ਬਾਅਦ ਸ਼ਹਿਰ 'ਚ ਚਾਰ ਦੁਕਾਨਾਂ ਆਈਆਂ। ਓਕੇ, ਉਹਨਾਂ ਚਾਰਾਂ 'ਚ ਇੱਕ ਦੁਕਾਨ। ਓਕੇ, ਜਿਵੇਂ ਹੁਣ ਮੈਂ ਉਹਨਾਂ ਦਾ ਕਿਰਵੀਂ ਪੀੜ੍ਹੀ ਹੈ। ਮੈਂ ਚੌਥੀ ਪੀੜ੍ਹੀ ਹਾਂ, ਛੁੱਟੀ ਵਾਲੇ ਦਿਨ ਮੇਰਾ ਲੜਕਾ ਵੀ ਆਉਂਦਾ ਸਕੂਲ ਪੜ੍ਹਨ। ਓਕੇ, ਠੀਕ ਆ। ਅਤੇ ਜਿਸ ਤਰ੍ਹਾਂ ਉਦੋਂ ਸ਼ਹਿਰ 'ਚ ਤੁਸੀਂ ਦੱਸ ਰਹੇ ਵੀ 3-4 ਦੁਕਾਨਾਂ ਹੁੰਦੀਆਂ ਇਹ, ਉਹਨਾਂ ਵਿੱਚ ਤੁਹਾਡੀ ਇੱਕ ਹੀ? ਠੀਕ ਆ ਭਾਈ, ਕਿੰਨੇ ਪ੍ਰਕਾਰ ਦੇ ਕੁਲਚੇ ਹੁੰਦੇ ਇੱਥੇ ਤੁਹਾਡੇ ਕੋਲ? ਹਾਂਜੀ, ਗੋਭੀ ਤੇ ਆਲੂ ਵਾਲਾ। ਓਕੇ ਓਕੇ ਭਾਈ, ਕੀ ਰੇਟ ਰੱਖੇ ਆ? ਰੇਟ ਇੱਕ ਹੀ ਆ, 50 ਭਾਈ। ਸਾਨੂੰ ਕਿਹੜਾ ਲਾ ਕੇ ਵਿਖਾਓਗੇ ਅੱਜ ਕੁਲਚਾ? ਓਕੇ, ਭਾਈ ਇੰਨਾ ਕੀ ਖਾਸ ਪਾਉਂਦੇ ਕੁਲਚੇ 'ਚ? ਕੁਲਚੇ ਦੇ ਵਿੱਚ ਅੰਮ੍ਰਿਤਸਰ ਦੇ ਲੋਕ ਬਹੁਤ ਪਿਆਰ ਦਿੰਦੇ ਕੁਲਚੇ ਨੂੰ। ਬੜੀ ਪੁਰਾਣੀ ਆਈਟਮ ਹੈ। ਹਾਂਜੀ, ਸਾਡੇ ਕੁਲਚੇ 'ਚ ਇਹ ਖਾਸੀਅਤ ਹੈ ਕਿ ਜਿਹੜੇ ਵੀ ਗਾਹਕ ਆਉਂਦੇ ਉਹਨਾਂ ਨੂੰ ਆਪਣਾ ਬਚਪਨ ਚੇਤਾ ਆ ਜਾਂਦਾ ਤੇ ਸਾਨੂੰ ਆਪਣੇ ਮਾਂ ਨੂੰ ਚੇਤਾ। ਓਕੇ, ਜਿਹੜਾ ਵੀ ਗਾਹਕ ਆਉਂਦਾ ਉਹ ਕਹਿੰਦਾ ਯਾਰ ਸਾਨੂੰ ਆਪਣਾ ਬਚਪਨ ਚੇਤਾ ਕਿ ਸਾਡੇ ਦਾਦਾ ਜੀ ਸਾਨੂੰ ਲੈ ਕੇ ਗਏ। ਜਦੋਂ ਉਹ ਆਉਂਦੇ ਨੇ ਤੇ ਸਾਨੂੰ ਵੀ ਮਹਿਸੂਸ ਹੁੰਦਾ ਕਿ ਸਾਡੇ ਵੀ ਵੱਡੇ ਹਲੇ ਵੀ ਸਾਡੇ 'ਚ ਮਹਿਸੂਸ ਹੁੰਦੇ ਨੇ। ਹਾਂਜੀ, ਕੰਮ ਕਰਨ ਦਾ ਮਜ਼ਾ ਆਉਂਦਾ। ਹਾਂਜੀ, ਇੱਕ ਚਾਰ ਚੜ੍ਹਦਾ ਤੇ ਇੱਕ ਪਿਆਰ ਕਰਨ। ਹਾਂਜੀ ਭਾਈ, ਕਹਿੰਦੇ ਤੁਹਾਡੇ ਪੜਦਾਦਾ ਜੀ ਨੇ ਜਿਨ੍ਹਾਂ ਨੂੰ ਕੰਮ ਸਿੱਖਿਆ ਸੀ ਉਹਨਾਂ ਉਸਤਾਦ ਦਾ ਤੁਹਾਨੂੰ ਨਾਂ ਪਤਾ? ਹਾਂਜੀ, ਲੱਭੂ ਓਕੇ। ਕਹਿੰਦੇ ਜਿਹੜੇ ਤੁਹਾਡੇ ਪੜਦਾਦਾ ਜੀ ਦੇ ਉਸਤਾਦ ਜੀ ਸੀ, ਕਹਿੰਦੇ ਕੁਲਚਿਆਂ ਦਾ ਕੰਮ ਅੰਮ੍ਰਿਤਸਰ 'ਚ ਉਹ ਲੈ ਕੇ ਆਏ? ਇਹ ਤਾਂ ਬਹੁਤ ਪੁਰਾਣੀ ਗੱਲ ਹੋਊਗੀ। ਅਪਰੋਕਸੀਮੇਟਲੀ 90 ਜਾਂ 100 ਸਾਲ ਲਈਏ। ਠੀਕ ਆ ਭਾਈ, ਇਹ 'ਚ ਕੋਈ ਜਿੱਦਾਂ ਲੋਕ ਕਹਿੰਦੇ ਸਾਡੇ ਸੀਕਰੇਟ ਮਸਾਲੇ, ਉਹ ਵੀ ਕੋਈ ਸੀਕਰੇਟ ਮਸਾਲੇ? ਮਿਰਚ ਖਾਂਦੇ ਉਸ ਕਰਕੇ ਮਿਰਚ ਉੱਤੇ ਵੀ ਲਾ ਦੇ। ਹਾਂਜੀ, ਇਹ ਕੁਲਚਾ ਕਰਤਾ ਭਾਜੀ ਨੇ ਤੰਦੂਰ ਦੇ ਵਿੱਚ ਐਡ। ਹਾਂਜੀ ਦੋਸਤੋ, ਇਹ ਸਾਡਾ ਕੁਲਚਾ ਸਪੈਸ਼ਲ ਮਿਕਸ ਹੋ ਗਿਆ ਤਿਆਰ। ਭਾਜੀ ਇਹਦਾ ਪ੍ਰਾਈਸ ਵੀ 50 ਰੁਪਏ? ਹਾਂਜੀ। ਓਕੇ, ਉੱਪਰ ਆ ਗਿਆ ਦੇਸੀ ਘਿਓ, ਉੱਪਰ ਆ ਗਿਆ ਦੇਸੀ ਘਿਓ ਸਾਰਿਆਂ ਦਾ ਪਿਓ। ਹਾਂਜੀ ਦੋਸਤੋ, ਇਹ ਭਾਜੀ ਹੋਣਾਂ ਦਾ ਸਪੈਸ਼ਲ ਛੋਲੇ, ਕਲਰ ਚੈੱਕ ਕਰ ਸਕਦੇ ਜੇ। ਇਹ ਪੁਦੀਨੇ ਪਿਆਜ਼ ਦੀ ਚਟਨੀ,
ताई होना ने साड़ी भी प्लेट लगाती है छोलिया की। हाँ जी भाई सत श्रीकाल जी, की हाल चाल जी भाई। ਗਿਆਨ ਸਿੰਘ ਭਾਜੀ ਹੁਣਾਂ ਤੋਂ ਤੁਸੀਂ ਸਪੈਸ਼ਲ ਕੁਲਚਾ ਖਾ ਰਹੇ ਤੇ ਕਿਵੇਂ ਦਾ ਲੱਗਦਾ ਟੇਸਟ? ਭਾਜੀ ਇਹਨਾਂ ਦਾ ਟੇਸਟ ਬਹੁਤ ਵਧੀਆ, ਸਾਰੇ ਸ਼ਹਿਰ ਨੂੰ ਵਧੀਆ ਨਾਲ ਟੇਸਟ ਹੈਗਾ ਵਾ। ਹਾਂਜੀ ਤੁਸੀਂ ਹੋਰ ਕੁਲਚੇ ਲੈ ਕੇ ਜਾਓ ਨਾ, ਘਰ ਜਾਂਦੇ ਫੁੱਲੇ ਹੋ ਜਾਣਗੇ। ਹਾਂਜੀ ਇਹਨਾਂ ਦੇ ਕੁਲਚੇ ਖਾਸ ਨੇ, ਘਰ ਵੀ ਲੈ ਕੇ ਜਾਓਗੇ ਪੂਰੇ ਕ੍ਰਿਸਪੀ ਰਹਿੰਦੇ ਆ। ਹਾਂਜੀ ਅਸੀਂ ਬਚਪਨ ਤੋਂ ਇਹਨਾਂ ਦੇ ਕੁਲਚੇ ਖਾ ਰਹੇ ਹਾਂ। ਓਕੇ ਹਾਂਜੀ ਹੋ ਗਏ ਲਗਭਗ 15-18-20 ਸਾਲ। ਬਈ 30 ਜਿੰਨੇ ਮੇਰੀ ਏਜ ਆ 19 ਏਜ ਤੋਂ ਕੁਲਚੇ ਖਾ ਰਹੇ ਜੀ। ਓਕੇ ਹਾਂਜੀ ਹਾਂਜੀ 30 ਸਾਲ ਹੋ ਗਏ ਨੇ ਕੁਲਚੇ ਖਾਂਦੇ ਜੀ। ਓਕੇ ਹਾਂਜੀ ਉਹ ਲੋਕ ਇਹਨਾਂ ਦਾ ਕੁਲਚਾ ਹੁੰਦਾ ਸੀ 3 ਰੁਪਏ ਦਾ ਤੇ 4 ਰੁਪਏ ਦਾ। ਓਕੇ ਹਾਂ ਫਿਰ 10 ਰੁਪਏ ਦਾ ਕਿੰਨਾ ਜੀ ਖਾਦਾ ਕੁਲਚਾ ਨਾ। ਹਾਂਜੀ ਤੇ ਕਹਿੰਦੇ ਅੰਮ੍ਰਿਤਸਰ ਦੀ ਸਭ ਤੋਂ ਪੁਰਾਣੀ ਦੁਕਾਨ ਹੀ ਇਹੋ। ਹਾਂਜੀ 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 ਬਹੁਤ ਪੁਰਾਣੀ ਦੁਕਾਨ ਹੈ ਜੀ। ਹਾਂਜੀ ਤੇ ਜਿਸ ਤਰ੍ਹਾਂ ਇਹ ਕਹਿ ਸਕਦੇ ਵੀ ਇਹ ਕੁਲਚੇ ਦੇ ਜਨਮਦਾਤਾ ਆ ਅੰਮ੍ਰਿਤਸਰ ਦੇ ਵਿੱਚ। ਹਾਂਜੀ ਹਾਂਜੀ ਹੁਣ ਤੇ ਵੱਧ ਕੁਲਚੇ ਲੈ ਗਏ ਤੇ ਕੀ ਇਹਨਾਂ ਵਰਗਾ ਟੇਸਟ ਕੋਈ ਨਹੀਂ ਦੇ ਪਾਉਂਦਾ। ਓਕੇ ਹਾਂਜੀ 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 ਧੰਨਵਾਦ ਭਾਜੀ। ਥੈਂਕ ਯੂ ਸਰ। ਹਾਂਜੀ ਦੋਸਤੋ ਇਹ ਗਿਆਨ ਸਿੰਘ ਭਾਈ ਦਾ ਸਪੈਸ਼ਲ ਕੁਲਚਾ ਰੈਡੀ ਹੋ ਗਿਆ ਆ ਗਿਆ ਸਾਡੇ ਕੋਲ। ਹੁਣ ਇਸ ਦਾ ਟੇਸਟ ਕਰਕੇ ਦੱਸਦੇ ਆ ਟੇਸਟ ਕਿਵੇਂ ਦਾ ਲੱਗਦਾ ਸਾਨੂੰ। दोस्तों इन्हां दे कुलचे दा टेस्ट बहुत ज़्यादा वधिया आ, रेट भी सिर्फ 50 रुपये आ। अजकल अमृतसर दे विच वड्डियां दुकानां ते 80-80 90-90 रुपये का कुलचा विकदे आ। इत्थे 50 रुपये दे विच तुहानूं एक नंबर टेस्ट मिलेगा, तुहाडा एक भी पैसा वेस्ट नहीं होगा। एक बार आके जरूर ट्राई करो, अमृतसर की बहुत ज़्यादा पुरानी दुकान आ। एड्रैस तुहानूं मैं दस दिंदा, चौंक पड़पूजा बाजार किला भंगी आ। पूजा भोग आटा के नाल ही भाई होना दुकान ਗਿਆਨ ਸਿੰਘ ਕੁਲਚੇ ਵਾਲੇ। ਧੰਨਵਾਦ ਜੀ।